ਕੁੜੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਸੜਕ ਤੇ ਹੱਥਾਂ ਦੇ ਵਿੱਚ ਪੋਸਟਰ ਲੈ ਕੇ ਨਿਕਲੇ ਤੇ ਇਨਸਾਫ ਦੀ ਗੁਹਾਰ ਲਗਾਈ, ਕਿਉਂਕਿ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਦੀ ਕੁੜੀ ਦਾ ਕਤਲ ਹੋਇਆ, ਜਿਸ ਕਾਰਨ ਪਰਿਵਾਰਕ ਮੈਂਬਰ ਹੁਣ ਸੜਕ ਤੇ ਉਤਰੇ ਤੇ ਇਸ ਦੌਰਾਨ ਹੰਗਾਮਾ ਵੀ ਹੋਇਆ। ਜਾਣਕਾਰੀ ਮੁਤਾਬਿਕ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਪੀੜਤ ਪਰਿਵਾਰ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਸੜਕ ਹੀ ਜਾਮ ਕਰ ਦਿੱਤੀ ਅਤੇ ਇਸ ਦੌਰਾਨ ਜਦੋਂ ਪੁਲਿਸ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦੇ ਵਿਚਕਾਰ ਜਾਮ ਕੇ ਹੰਗਾਮਾ ਹੋਇਆ ਤੇ ਹੱਥੋਂ ਪਾਈ ਤੱਕ ਗੱਲ ਪਹੁੰਚ ਗਈ। ਇਸ ਦੌਰਾਨ ਇੱਕ ਮਹਿਲਾ SHO ਵੀ ਗਿਰ ਗਈ ਅਤੇ ਉਸਦੇ ਸੱਟ ਲੱਗੀ ਅਤੇ ਪੁਲਿਸ ਦੇ ਨਾਲ ਪੀੜਤ ਪਰਿਵਾਰਕ ਮੈਂਬਰਾਂ ਨੇ ਧੱਕਾ ਮੁੱਕੀ ਵੀ ਕੀਤੀ। ਫਿਲਹਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਪਰਿਵਾਰਕ ਮੈਂਬਰ ਪੁਲਿਸ ਨਾਲ ਝੜਪ ਕਰਦੇ ਨਜ਼ਰ ਆਏ। ਇਸ ਦੌਰਾਨ ਪੀੜਤ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਪਹਿਲਾਂ ਪੁਲਿਸ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ, ਉਹ ਇਨਸਾਫ ਦੀ ਮੰਗ ਲਈ ਇੱਥੇ ਪਹੁੰਚੇ ਸਨ। ਉਹਨਾਂ ਨੇ ਕਿਹਾ ਕਿ ਉਸਦੀ ਬੇਟੀ ਦੇ ਨਾਲ ਧੱਕਾ ਹੋਇਆ, ਉਸਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸਦਾ ਕਤਲ ਹੋਇਆ। ਉਹਨਾਂ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਜਾਂਚ ਨਹੀਂ ਕਰ ਰਹੀ। हमारी लड़की के साथ में गलत काम किया कोठे वाले ने और पंखे में टांग दिया और ऐसे पान गया लड़की है। तुम लड़की के क्या लगते हो? मट्टी लड़की के बाप है। तुम लड़की के क्या लगते हो? बताओ। हम लड़की के बाप हैं। लड़की की कितनी उम्र थी? 17 साल। अच्छा जी, तो कितने साल हो गए काम करती को? 2 साल। यहाँ 2 साल तो कर रहे हैं। अच्छा जी, तो क्या हुआ? क्या गलत कोठी वालों ने गलत काम किया है? अच्छा, वो लड़की मर गई तो पंखे में टांग दिया है। अच्छा, और पुलिस को खरीद लिया है। अच्छा जी, गंदी है पुलिस को खरीद लिया, कुछ नहीं पुलिस कर रही है। तो आप क्या मांग कर रहे हो? हमारी बॉडी भी काम कर दिया है, पुलिस वही रही है, बॉडी भी सिविल पहुंचा दिया अपने मन से। ਅੱਜ ਸਵੇਰੇ ਸਾਨੂੰ ਇੱਕ ਇਤਲਾਹ ਮਿਲੀ ਕਿ ਇੱਕ ਸਰਾਬਾ ਨਗਰ 'ਚ ਇੱਕ ਕੋਠੀ 'ਚ ਇੱਕ ਲੜਕੀ ਕੰਮ ਕਰਦੀ ਸੀਗੀ। ਉਹ ਸਾਈਡ 'ਚ ਸਰਵੈਂਟ ਕੁਆਟਰ 'ਚ ਰਹਿੰਦੀ ਸੀ ਅਤੇ ਉਸਨੇ ਆਪਣੇ ਆਪ ਨੂੰ ਫਾਹਾ ਲਾ ਲਿਆ। 19 ਸਾਲਾਂ ਦੀ ਲੜਕੀ ਸੀਗੀ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ, ਐਂਡ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਵੀ ਕੀ ਕਾਰਨ ਸੀ ਉਹਦੇ ਪਿੱਛੇ, ਐਂਡ ਜੋ ਸਾਰਾ ਇਨਵੈਸਟੀਗੇਸ਼ਨ 'ਚ ਸੱਚ ਸਾਹਮਣੇ ਆਊਗਾ ਮਾਮਲਾ ਦਰਜ ਕਰਕੇ ਫਿਰ ਉਹਨੂੰ ਅਗਲੀ ਕਾਰਵਾਈ ਉਸ ਹਿਸਾਬ ਨਾਲ ਅਮਲ 'ਚ ਲਿਆਉਣਾ। ਜੋ ਸਾਰਾ ਦੇਖੋ ਜੀ, ਪਰਿਵਾਰ ਨੂੰ ਅਸੀਂ ਇਹੀ ਕਿਹਾ ਵੀ ਜੋ ਵੀ ਹੈ ਇਹ ਸਾਰੇ ਐਲੀਗੇਸ਼ਨ ਨੇ ਇਹ ਪੋਸਟਮਾਰਟਮ ਕਰਕੇ ਹੀ ਸਾਹਮਣੇ ਆ ਸਕਦੇ, ਔਰ ਫਿਲਹਾਲ ਇਸ ਤਰ੍ਹਾਂ ਦਾ ਜੋ ਹੈਗਾ ਇਸ ਤਰ੍ਹਾਂ ਦੀ ਜੋ ਵੀ ਗੱਲ ਹੈ ਇਹਨਾਂ ਨੇ ਅਲੈਜ ਕੀਤੀ ਹੈ, ਪੋਸਟਮਾਰਟਮ ਕਰਕੇ ਬਿਆਨ ਤੇ ਜੋ ਵੀ ਆਏਗਾ ਸਾਹਮਣੇ ਉਸ ਹਿਸਾਬ ਨਾਲ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਰੋਡ ਬਰੀਫਲੀ ਰੋਡ ਵੀ ਜਾਮ ਕੀਤਾ ਇਹਨਾਂ ਨੇ, ਔਰ ਅਸੀਂ ਇਹਨਾਂ ਨਾਲ ਨੈਗੋਸ਼ੀਏਟ ਕਰ ਰਹੇ ਹਾਂ ਵੀ ਜੋ ਹੈ ਸਾਰਾ ਕਾਨੂੰਨ ਦੇ ਮੁਤਾਬਕ ਕੀਤਾ ਜਾਵੇ, ਕਾਨੂੰਨ ਤੋਂ ਬਾਹਰ ਹੋ ਕੇ ਆਪਾਂ ਕੁਛ ਨਹੀਂ ਕਰਨਾ, ਐਂਡ ਜੋ ਵੀ ਪੋਸਟਮਾਰਟਮ ਸਾਹਮਣੇ ਆਏਗਾ ਉਸ ਹਿਸਾਬ ਨਾਲ ਕਰ ਰਹੇ ਹਾਂ। ਸਰਾਬਾ ਨਗਰ। ਹਾਂਜੀ, ਮਾਮਲੇ ਦੀ ਜਾਂਚ ਬਿਲਕੁਲ ਕੀਤੀ ਜਾ ਰਹੀ ਹੈ ਜੀ, ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਐਟ ਦੀ ਸੇਮ ਟਾਈਮ ਅਸੀਂ ਲਾਅ ਐਂਡ ਆਰਡਰ ਨੂੰ ਵੀ ਬਰਕਰਾਰ ਰੱਖਿਆ ਜਾ ਰਿਹਾ, ਤਾਂ ਅਸੀਂ ਸਾਰੇ ਐਂਗਲ 'ਤੇ ਕੰਮ ਕਰ ਰਹੇ ਹਾਂ। ਫਿਲਹਾਲ ਅਸੀਂ ਜੋ ਵੀ ਹੈ ਮਾਲਕਾਂ ਤੋਂ ਸਾਰੀ ਡਿਟੇਲ ਲੈ ਲਈ ਹੈ, CCTV ਫੁਟੇਜ ਵਗੈਰਾ ਸਾਰੀ ਜੋ ਹੈ, ਸਾਰੀ ਜੋ ਕਾਰਵਾਈ ਕੀਤੀ ਗਈ ਹੈ ਉਹ ਕੈਮਰਾ ਦੇ ਅਧੀਨ ਕੀਤੀ ਗਈ ਹੈ, ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਵੀ ਟ੍ਰਾਂਸਪੇਰੈਂਸੀ ਨਾਲ ਕੀਤਾ ਗਿਆ ਸਾਰਾ ਕੁਝ, ਜੋ ਐਸ ਪਰ ਲੋਗ ਕਾਰਵਾਈ ਕੈਮਰਿਆਂ 'ਚ ਹੈ ਉਹਨਾਂ ਦੇ ਘਰ ਵੀ ਕੈਮਰੇ ਲੱਗੇ, ਅਸੀਂ ਸਾਰੀ ਫੁਟੇਜ ਲੈ ਰਹੇ ਹਾਂ ਤਾਂ ਕਿ ਕਿਸੇ ਵੀ ਪਹਿਲੂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ, ਸਾਰੇ ਪਹਿਲੂਆਂ 'ਤੇ ਇਨਵੈਸਟੀਗੇਸ਼ਨ ਕੀਤੀ ਜਾ ਸਕੇ। ਫਿਲਹਾਲ ਜੋ ਵੀ ਮੌਕੇ ਤੋਂ ਹੈਗਾ ਜੀ ਸਾਨੂੰ ਐਸ ਸੱਚ ਮੈਂ ਸਾਰੀ ਚੀਜ਼ ਕਬਜ਼ੇ 'ਚ ਲੈ ਲਿਆ, ਅਸੀਂ ਸਾਰਾ ਮਟੀਰੀਅਲ
ਉਹਨਾਂ 'ਚ ਕੀ ਹੈ ਉਹ ਇਨਵੈਸਟੀਗੇਸ਼ਨ ਹਲੇ ਇਟਸ ਟੂ ਅਰਲੀ ਟੂ ਸੇ। ਅਸੀਂ ਸਾਰੇ ਜੋ ਹੈਗਾ ਮੌਕੇ ਦਾ ਇੱਕ ਵਾਰੀ ਮੁਲਾਜ਼ਾ ਕਰਕੇ ਵੀਡੀਓਗ੍ਰਾਫੀ ਕਰਕੇ ਸਾਰਾ ਕੁਛ ਕੀਤਾ, ਐਵੀਡੈਂਸ ਲੈ ਲਿਆ। ਉਹਨਾਂ ਦਾ ਕਹਿਣਾ ਇਹੀ ਹੈ ਵੀ ਲੜਕੀ ਜਦੋਂ ਮਾਰਨਿੰਗ ਨਹੀਂ ਨਿਕਲੀ, ਉਹਨਾਂ ਨੇ ਜਿਵੇਂ ਫੋਨ ਕੀਤਾ ਤਾਂ ਨਹੀਂ ਚੱਕਿਆ, ਤਾਂ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਉਹਨਾਂ ਨੇ ਦੇਖਿਆ ਜਦੋਂ ਗੇਟ ਖੋਲਿਆ ਗਿਆ ਤਾਂ ਵੀ ਇਹ ਪੰਖੇ ਨਾਲ ਲਟਕ ਰਹੀ ਸੀ, ਵੀ ਇਹ ਸੁਸਾਈਡ ਦਾ ਕੇਸ ਹੈ। ਉਹਨਾਂ ਦਾ ਇਹੀ ਵਰਜਨ, ਉਹ ਸਾਰਾ ਜੀ ਡਿਊਰਿੰਗ ਇਨਵੈਸਟੀਗੇਸ਼ਨ ਕਰਾਂਗੇ, ਹਲੇ ਇਟਸ ਟੂ ਅਰਲੀ। ਇਹ ਸਾਰੇ ਮਾਮਲੇ ਦੀ ਪੜਤਾਲ ਕਰਕੇ ਆਲੇ ਦੁਆਲੇ ਜੋ ਵੀ ਹੈ ਨੇਬਰਸ ਤੋਂ ਕਲੀਅਰ ਕਰਕੇ ਸਾਰੀ ਚੀਜ਼ ਦੇ ਵਿਟਨੈਸਿਸ ਨਾਲ ਐਗਜ਼ਾਮਿਨ ਕਰਕੇ ਅਸੀਂ ਡੈਫੀਨੇਟਲੀ ਬੋਡੀ ਮੋਰਚਰੀ 'ਚ ਹੈ ਜੀ ਬਿਲਕੁਲ।